ਐਸੋ ਸਰ, ਕੁਛ ਸਮਾਂ ਪਹਿਲਾਂ ਤੁਹਾਨੂੰ ਆਰ ਟੀ ਆਈ ਪਾਈ ਗਈ ਸੀ ਦੁਆਬਾ ਆਰੀਆ ਸਕੂਲ, ਜਿਹੜਾ ਕਿ ਤੁਹਾਡੀ ਬੈਕ ਸਾਈਡ 'ਤੇ ਹੀ ਹੈ। ਉਹਦਾ ਪੁੱਛਿਆ ਗਿਆ ਸੀ, ਇੱਕ ਤਾਂ ਬਿਲਡਿੰਗ ਦਾ ਨਕਸ਼ਾ ਪੁੱਛਿਆ ਗਿਆ ਸੀ, ਦੂਜਾ ਪੁੱਛਿਆ ਗਿਆ ਸੀਗਾ ਵੀ ਉਹ 'ਚ ਜਿਹੜੀ ਬੇਸਮੈਂਟ ਬਣੀ ਆ ਉਹ ਲੀਗਲ ਹੈ ਅਨਲੀਗਲ ਆ। ਅਤੇ ਤੁਹਾਡੇ ਵੱਲੋਂ ਦਿੱਤੇ ਗਏ ਜਵਾਬ 'ਚ ਇਹ ਕਿਹਾ ਗਿਆ ਜੀ ਵੀ ਸਾਨੂੰ ਕੋਈ ਉਹਦਾ ਨਕਸ਼ਾ ਹੀ ਨਹੀਂ ਆਇਆ। ਇਸ ਚੀਜ਼ ਦੀ ਕਰਦੀ ਕਰਦੀ ਲਾਸਟ ਮੰਥ ਪਿਛਲੇ ਮਹੀਨੇ ਤੁਸੀਂ ਜਵਾਬ ਇਹ ਦਿੱਤਾ ਵੀ ਸਾਨੂੰ ਉਸ ਸਕੂਲ ਦਾ ਕੋਈ ਨਕਸ਼ਾ ਨਹੀਂ ਆਇਆ। ਇਹਦਾ ਮਤਲਬ ਇਹ ਹੈ ਕਿ ਨਕਸ਼ਾ ਨਹੀਂ ਆਇਆ ਤਾਂ ਉਹ ਜਿਹੜੀ ਬਿਲਡਿੰਗ ਹੈ ਨਜਾਇਜ਼ ਆ, ਇਹ ਕਹਿਣਾ ਚਾਹੁੰਦੇ ਤੁਸੀਂ? ਫਿਰ ਕਿਸ ਨਜਾਇਜ਼ ਲਈ ਕੀ ਕੀਤਾ, ਉਹਨੂੰ ਢਾਉਣ ਲਿਆ ਕਿ ਨਹੀਂ ਲੈ? ਅੱਛਾ, ਫਿਰ ਕੀ ਕੀਤਾ, ਕੁਛ ਤਾਂ ਐਕਸ਼ਨ ਲਿਆ ਕਿ ਨਹੀਂ ਹੈ? ਗਰੀਬਾਂ ਦੇ ਤੁਸੀਂ ਢਾਉਣ ਚਲ ਜਾਂਦੇ ਆ, ਕੀ ਕਰਦੇ ਪੈਸੇ ਵਾਲੇ ਨੂੰ ਚੋਦਿਆ, ਤੁਹਾਡੇ ਸਾਹਮਣੇ ਤਿੰਨ ਦੋ ਮੰਜ਼ਿਲਾ ਬਿਲਡਿੰਗ ਬਣ ਗਈ ਆ, ਸ਼ੋਰੂਮ ਬਣੇ ਆ, ਉਹਦਾ ਤੁਹਾਨੂੰ ਨਹੀਂ ਪਤਾ ਵੀ ਉਹ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ, ਉਹ ਕਹਿੰਦੇ ਦੇਖਣੀ ਆ। ਤੁਹਾਡੀ ਬਦਲੀ ਹੋ ਜਾਣੀ ਆ, ਫਿਰ ਅਸੀਂ ਨਵੇਂ ਐਸੋ ਨੂੰ ਕਹਾਂਗੇ ਤੁਹਾਡੀ ਤਾਂ ਹੋ ਗਈ। ਬਖਸ਼ੀਸ਼ ਟਾਵਰ ਇੱਕ ਬਣਿਆ ਆ ਔਰ ਜਿਹੜਾ ਮਾਰਕੀਟ ਨਿਊ ਪੋਸਟ ਆਫਿਸ ਦੇ ਸਾਹਮਣੇ, ਉਹਦੇ ਬਾਰੇ ਤੁਹਾਨੂੰ ਪਤਾ ਹੋਵੇ ਕਿ ਕਰ ਲਈ ਗਿਆ? ਹੈਗੇ ਆ ਤੁਸੀਂ ਅਗਲਾ ਨਹੀਂ ਜਵਾਬ ਕਦੋਂ ਮਿਟਾ ਦਿਓ, ਜਦਕਿ ਤੁਹਾਡਾ ਹੀ ਜਿਹੜਾ ਨਕਸ਼ਾ, ਸੁਣੋ ਮੇਰੀ ਗੱਲ ਪਹਿਲਾਂ ਸੁਣੋ, ਤੁਹਾਡਾ ਹੀ ਨਕਸ਼ਾ ਪਾਸ ਕੀਤਾ ਇਸ ਕਲੋਨੀ ਦਾ, ਉਹਦੇ ਵਿੱਚ ਲਿਖਿਆ ਪ੍ਰੋਹਾਈਬਿਟਡ ਏਰੀਆ, ਪਾਬੰਦੀ ਸ਼ੁਦਾ ਖੇਤਰ, ਪਾਬੰਦੀ ਸ਼ੁਦਾ ਖੇਤਰ 'ਚ ਬਿਲਡਿੰਗ ਬਣ ਜਾਂਦੀ ਆ, ਤੁਸੀਂ ਕੀ ਕਰ ਰਹੇ ਹੋ ਜੀ ਨਗਰ ਕੌਂਸਲ ਦੇ ਵਿੱਚ? ਅੱਛਾ, ਅੱਗੇ ਚੱਲ ਪੈਂਦਾ ਜੀ, ਰਾਮ ਮੰਦਰ ਦੇ ਕੋਲ ਇੱਕ ਪਾਰਕ ਬਣੀ ਹੋਈ ਹੈ, ਬੜੀ ਹਾਈਲਾਈਟ ਹੋਈ ਸੀ ਪਿਛਲੇ ਸਮੇਂ 'ਚ, ਉੱਤੇ ਘਬਲਾ ਹੋਇਆ ਸੀ ਬਹੁਤ ਵੱਡਾ। ਤੁਹਾਡੀ ਸੁਣ ਲਓ ਮੇਰੀ ਗੱਲ, ਸਵਾਲ ਸੁਣ ਲਓ, ਨਗਰ ਕੌਂਸਲ ਦੇ ਕਹਿਣ ਮੁਤਾਬਿਕ ਉਹ ਜਿਹੜੀ ਪ੍ਰੋਪਰਟੀ ਹੈ ਸਾਡੀ ਨਹੀਂ ਹੈ ਜਿੱਥੇ ਪਾਰਕ ਬਣੇ ਹੋ, ਨਗਰ ਕੌਂਸਲ ਨੇ ਰਿਟਨ 'ਚ ਦਿੱਤਾ ਇਹ ਚੀਜ਼, ਫਿਰ ਉੱਥੇ ਪੈਸੇ ਕਿੱਦਾਂ ਲਾਏ ਨਗਰ ਕੌਂਸਲ ਨੇ? ਮੈਨੂੰ ਪਤਾ ਨਹੀਂ, ਮੈਂ ਰਿਪੋਰਟ ਦੇਣ ਦਿਆ ਜੀ।
ਜਦੋਂ ਮੈਂ ਪਤਾ ਇਸ ਬਾਰੇ ਮੈਨੂੰ ਪਹਿਲਾਂ ਕੰਮ ਕਰਿਆ ਜੀ ਬਣਿਆ ਹੈਗਾ ਚੌਂਕ ਬਣਾਇਆ ਪਿੱਛੇ ਜਿਹੇ ਨਗਰ ਕੌਂਸਲ ਨੇ ਤਲਵਣ ਚੌਂਕ ਉਹਨੂੰ ਰੈਨੋਵੇਟ ਕੀਤਾ ਹੈਗਾ ਉਹਦੇ ਵਿੱਚ ਵਿਧਾਇਕ ਸਾਹਿਬ ਨੇ ਕਿਹਾ ਸੀ ਵੀ ਇੰਟਰਲੋਕ ਨਹੀਂ ਜਾਣੀ ਜਿਹੜੀ ਤੁਸੀਂ ਸਾਈਡ ਤੇ ਲਾਈ ਆ ਉੱਥੇ ਪੱਕੀ ਸੜਕ ਬਣਾਉਣੀ ਆ ਤੁਹਾਡੇ ਅਧਿਕਾਰੀਆਂ ਨੂੰ ਕਿਹਾ ਸੀ ਡੇਰੂ ਚੱਕੋ ਇੱਥੋਂ ਵੀ ਇਹਨੂੰ ਪੱਕੀ ਸੜਕ ਲਾਓ ਮੰਨ ਲਓ ਮੈਂ ਤਾਂ ਇਹ ਜਾਣਨਾ ਚਾਹੁੰਦਾ ਕਿ ਹਲਕਾ ਵਿਧਾਇਕ ਦੀ ਕੋਈ ਬਾਤ ਨਹੀਂ ਹੈਗੀ ਤੁਸੀਂ ਸਮਝਦੇ ਨਹੀਂ ਵੀ ਹਲਕਾ ਵਿਧਾਇਕ ਕੋਈ ਸਰਕਾਰ ਦਾ ਇੱਕ ਨੁਮਾਇੰਦਾ ਆ ਵੀ ਉਹਦੇ ਕਹਿਣ 'ਤੇ ਕੋਈ ਕੰਮ ਕਰੀਏ ਨਹੀਂ ਰਿਗਾਰਡ ਕਰਦੇ ਫਿਰ ਅੱਜ ਦੀ ਸੜਕ ਕਿਉਂ ਨਹੀਂ ਬਣਾਏਗੀ ਦੂਜੀ ਗੱਲ ਅੱਛਾ ਚਲੋ ਦੂਜੀ ਗੱਲ ਐਸ ਓ ਸਾਹਿਬ ਦੂਜੀ ਗੱਲ ਆ ਉਹਨੂੰ ਰੈਨੋਵੇਟ ਤਾਂ ਕੀਤਾ ਗਿਆ ਸੀ ਚੌਂਕ ਖੁੱਲ੍ਹਾ ਹੋ ਜਾਵੇ ਤੁਹਾਡੀ ਨਗਰ ਕੌਂਸਲ ਦੇ ਜਿਹੜੇ ਮੌਜੂਦਾ ਹੈਗੇ ਕੌਂਸਲਰ ਆ ਜੀ ਉਹਨਾਂ ਨੇ ਸੜਕਾਂ ਤੇ ਕਬਜ਼ੇ ਕੀਤੇ ਕੀ ਤੁਹਾਨੂੰ ਪਤਾ ਤੁਸੀਂ ਦੇਖਿਆ ਕਦੇ ਵਿਜਿਟ ਕੀਤੀ ਸ਼ਹਿਰ ਦੀ ਦੱਸੋ ਕਿਹੜੇ ਕਿਹੜੇ ਕੌਂਸਲਰ ਨੇ ਕਬਜ਼ਾ ਕੀਤਾ ਜੀ ਕਿਹੜੇ ਨੂੰ ਤੁਸੀਂ ਚੁਕਾਇਆ ਕਿਹੜੇ ਨੂੰ ਤੁਸੀਂ ਨੋਟਿਸ ਕੱਢਿਆ ਜਨਵਰੀ ਪੈਣ ਸ਼੍ਰੀਮਾਨ ਜੀ 7 ਮਹੀਨੇ ਹੋ ਗਏ 7 ਮਹੀਨਿਆਂ ਦੇ ਵਿੱਚ ਸਰ ਤੁਸੀਂ ਜ਼ਿਕਰ ਕੀਤਾ ਵੀ ਜਿਹੜੀ ਟਾਵਰ ਲੱਗਾ ਉਹ ਧੱਕੇ ਨਾਲ ਬਣਾ ਗਿਆ ਕੌਣ ਧੱਕੇ ਨਾਲ ਬਣਾ ਗਿਆ ਸਰ ਉਹ ਕਿਹਨਾਂ ਨੇ ਧੱਕੇ ਨਾਲ ਬਣਾਇਆ ਟਾਵਰ ਉਹ ਵਾਲਾ ਕਿਹੜਾ ਤੁਸੀਂ ਕਹਿੰਦੇ ਆ ਉਹਦਾ ਮਾਲਕ ਹੀ ਨਹੀਂ ਕਿਸੇ ਨੂੰ ਪਤਾ ਅੱਜ ਤਾਈਂ ਤੁਸੀਂ ਕਹਿੰਦੇ ਨਾ ਧੱਕੇ ਨਾਲ ਬਣਾ ਗਿਆ ਕੌਣ ਬਣਾ ਗਿਆ ਜੀ ਉਹ ਉਹਦੇ ਬਾਰੇ ਦੱਸੋਗੇ ਕੁਛ ਜੀ ਨਹੀਂ ਸਰ ਦੇਖੋ ਧੱਕੇ ਦੇ ਨਾਲ ਇੱਕ ਟਾਵਰ ਇੱਕ ਦਿਨ 'ਚ ਤਾਂ ਨਹੀਂ ਬਣ ਸਕਦਾ ਅਕਸਰ ਹੁਣ ਬਣਨ ਨੂੰ ਟਾਈਮ ਲੱਗਾ ਕਿਉਂ ਐਕਸ਼ਨ ਇੰਨਾ ਟਾਈਮ ਲੱਗ ਗਿਆ ਟਾਈਮ ਲੱਗਦਾ ਜੀ ਉਹਦੇ ਲਿਆ ਲਿਆ ਮੁੰਡਿਆਂ ਕਿਹੜੇ ਦੇਖਣ ਗਿਆ ਤੁਸੀਂ ਦੇਖਿਆ ਦੇ ਅਤੇ ਇੱਕ ਮੇਰੀ ਆਰ ਟੀ ਆਈ ਤੁਹਾਡੇ ਕੋਲ ਆਈ ਫਿਰ ਉਹ ਵੀ ਦੇਖ ਲਓਗੇ ਰਵੀ ਵਰਮਾ ਨੇ ਹਾਂਜੀ ਉਹ ਸਾਨੂੰ ਦੱਸੋ ਜੇ ਪ੍ਰੋਪਰਟੀ ਤੁਹਾਡੀ ਨਹੀਂ ਤਾਂ ਤੁਸੀਂ ਗਰਾਂਟ ਉੱਥੇ ਗਿਰ ਕਿਸ ਤਰ੍ਹਾਂ ਲਾਈ ਹੋਈ ਆ ਤੁਸੀਂ ਆਪ ਕਹਿ ਰਹੇ ਹੋ ਸਾਡੀ ਪ੍ਰੋਪਰਟੀ ਨਹੀਂ ਹੈ ਜਿਹੜੇ ਬਾਹਰ ਨਿਕਲਦੇ ਸ਼ੋਰੂਮ ਬਣੇ ਆ ਬਾਹਰ ਨਿਕਲਦੇ ਨੇ ਕਿਹੜੇ ਸ਼ੋਰੂਮ ਬਣੇ ਤਿੰਨ ਇੱਕ ਜਿਹੜਾ ਉਹ ਵੀ ਲਿਖ ਲਓ ਕਿਹੜਾ ਦੂਜਾ
ਘਰ ਦੇ ਵਿੱਚ ਇੱਕ ਖੰਭਾ ਆ ਜੀ ਜਿਹੜੇ ਫੋਨ ਲੱਗੇ ਆ ਘਰ ਦੇ ਵਿੱਚ ਨਕਸ਼ਾ ਕਿਹਨੇ ਪਾਸ ਕੀਤਾ ਤੁਹਾਡੇ ਕਿਹੜੇ ਮੁਲਾਜ਼ਮ ਨੇ ਪਾਸ ਕੀਤਾ ਬਿਲਾਸਪੁਰਾ ਦੀ ਬੈਕ ਸਾਈਡ ਤੇ ਬੈਕ ਸਾਈਡ ਦੇ ਉੱਤੇ ਘਰਾਂ ਦੇ ਵਿੱਚ ਖੰਭੇ ਲੱਗੇ ਆ ਬਿਜਲੀ ਦੇ ਹਾਈ ਟੈਂਸ਼ਨ ਵਾਰ ਦੇ ਉਹਨਾਂ ਨੂੰ ਨਕਸ਼ੇ ਤੁਸੀਂ ਕਿੱਦਾਂ ਪਾਸ ਕੀਤੇ ਉਹ ਸਭ ਦੱਸੋ ਮਾੜਾ ਜਿਹਾ ਇਸ ਤੋਂ ਅੱਗੇ ਅਸੀਂ ਰਵਿਆਸਪੁਰਾ ਰੋਡ 'ਤੇ ਕਲੋਨੀ ਜਿੱਥੇ ਤੁਸੀਂ ਵਾਟਰ ਸਪਲੀ ਅਤੇ ਸੀਵਰੇਜ ਦਾ ਦਿੱਤੇ ਹੈਗੇ ਆ ਕਨੈਕਸ਼ਨ ਉਹਨਾਂ 'ਤੇ ਚਾਨਣਾ ਪਾ ਦਿਓ ਜੇ ਕਲੋਨੀ ਜਾਇਜ਼ ਆ ਜਾਂ ਨਜਾਇਜ਼ ਆ ਜੇ ਨਜਾਇਜ਼ ਆ ਤਾਂ ਫਿਰ ਕਨੈਕਸ਼ਨ ਕਿਵੇਂ ਦਿੱਤੇ ਕਾਰਵਾਈ ਕਰਨੀ ਆ ਤੁਸੀਂ ਜਵਾਬ ਤਾਂ ਦੇ ਕੇ ਹਟੇ ਤੁਹਾਨੂੰ ਇੰਨੀ ਛੇਤੀ ਭੁੱਲ ਗਿਆ ਵੀ ਕਿਹੜਾ ਸਕੂਲ ਆ ਤੁਸੀਂ ਸਾਨੂੰ ਜਵਾਬ ਦਿੱਤਾ ਸਾਨੂੰ ਉਹਦਾ ਕਲੈਰੀਫਿਕੇਸ਼ਨ ਪੁੱਛ ਚਾਹੀਦੀ ਹੈ ਜੇ ਤੁਸੀਂ ਇਹ ਗਿਆ ਵੀ ਜਿਹੜੀ ਇਹ ਪ੍ਰੋਪਰਟੀ ਆ ਪਾਰਕ ਵਾਲੀ ਸਿਟੀ ਪਾਰਕ ਇੱਦਾਂ ਕੁਛ ਉਹਨੂੰ ਕਹਿੰਦੇ ਆ ਵੀ ਇਸ ਪ੍ਰੋਪਰਟੀ ਸਾਡੀ ਨਹੀਂ ਹੈ ਜੇ ਪ੍ਰੋਪਰਟੀ ਤੁਹਾਡੀ ਨਹੀਂ ਤੁਸੀਂ ਪੈਸਾ ਕਿੱਦਾਂ ਉੱਥੇ ਲਾਇਆ 18-20 ਲੱਖ ਲੱਗਾ ਜੋ ਸਾਨੂੰ ਪਤਾ ਲੱਗਾ ਫਿਰ ਕਿਸ ਆਧਾਰ 'ਤੇ ਲੱਗ ਗਿਆ ਪੈਸਾ ਤਾਂ ਤੁਸੀਂ ਦੂਜਾ ਨੋਟ ਕਰਦੇ ਜਿਹੜੇ ਕੌਂਸਲਰਾਂ ਦੇ ਸ਼ੋਰੂਮ ਬਣੇ ਆ ਨਜਾਇਜ਼ ਜਿਹਨਾਂ ਨੇ ਨਕਸ਼ੇ ਤੋਂ ਬਾਹਰ ਜਾ ਕੇ ਬਣਾਈਆਂ ਹੋਈਆਂ ਬਿਲਡਿੰਗਾਂ ਵਿਦਆਊਟ ਪਰਮਿਸ਼ਨ ਕਦੋਂ ਤਾਂ ਉਮੀਦ ਰੱਖੀ ਹੈ ਕਿ ਤੁਸੀਂ ਸਾਨੂੰ ਕਦੋਂ ਤਾਂ ਜਵਾਬ ਦੇ ਦੋਗੇ ਐਕਚੁਲੀ ਬੇਨਤੀ ਇਹ ਆ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਤੁਸੀਂ ਜਿਹੜੀ ਵੀ ਬਿਲਡਿੰਗ ਜਾਂ ਜਿਹੜਾ ਵੀ ਪ੍ਰੋਜੈਕਟ ਆਉਂਦੀ ਪਿਆ ਉਹਦੇ ਖਿਲਾਫ਼ ਕਾਰਵਾਈ ਕਰੋ ਸਾਨੂੰ ਨਾ ਵੀ ਜਵਾਬ ਦੋਗੇ ਕੁਝ ਨਹੀਂ ਅਸੀਂ ਤਾਂ ਮੁੜ ਕੇ ਆ ਵੀ ਜਵਾਬ ਲੈ ਲੈਣਾ ਅਗਰ ਤੁਹਾਨੂੰ ਲੱਗਦਾ ਇਹਦਾ ਕੋਈ ਨਕਸ਼ਾ ਪਾਸ ਨਹੀਂ ਜਾਂ ਕੋਈ ਕਮੀ ਪੇਸ਼ੀ ਹੈ ਇਸ ਦੇ ਖਿਲਾਫ਼ ਐਕਸ਼ਨ ਹੋਣਾ ਚਾਹੀਦਾ ਡਿਮੋਲਿਸ਼ ਕਰੋ ਜੇ ਅਗਲੇ ਕੋਈ ਫੀਸ ਭਰਨੀ ਆ
ਤੁਸੀਂ ਆਪਣੇ ਤੋਂ ਫੀਸ ਲਓ, ਸਰਕਾਰ ਨੂੰ ਸਰਕਾਰ ਦੇ ਰੈਵਨਿਊ ਦੇ ਵਿੱਚ ਵਾਧਾ ਹੋ ਜਾਂਦਾ ਹੈ ਨਾ, ਤੁਸੀਂ ਕਿਉਂ ਸਰਕਾਰ ਦੀ ਕੁਰਸੀ 'ਤੇ ਰਹਿ ਕੇ ਆਪਾਂ ਸਰਕਾਰ ਨੂੰ ਨੁਕਸਾਨ ਨਾ ਪਾਉਣਾ ਨਹੀਂ, ਪਰ ਹੋਇਆ ਹੋਇਆ ਤੁਸੀਂ ਆਪ ਹੀ ਤਾਂ ਕਿਹਾ